लो पेश ने खबरां विस्थार दे नाल। रब ने सुन ली रिक्शा चालक की 2.5 करोड़ की लगी लॉटरी। रब ने सुन ली रिक्शा चालक की 2.5 करोड़ की लॉटरी ड्रा। बजुर्ग पिछले 40 सालों तो रिक्शा चला रहा है, सेवा के काम विच कदे भी पिछे नहीं रहा। बजुर्ग जदों रब दिंदा है वह दिंदा है। अजिहा ही एक मामला मोगा जिले के पिंड लोहगढ़ विच सामने आया है, जिथे एक रिक्शा चालक ने एक बजुर्ग व्यक्ति ने विसाखी बंपर की लॉटरी खरीदी सी। उसका 2.5 करोड़ रुपए का लॉटरी का इनाम जित लिया है। देव सिंह रिक्शा चालक ने अपने परिवार का पेट पाल रहा सी। परिवार विच खुशी का माहौल है क्योंकि हुण देव करोड़ों का पति बन गया है। ਮਨਜੀਤ ਕੋਲ ਕਿਹੜਾ ਪਿੰਡ ਆ ਜੀ? ਲੋਹਗੜ੍ਹ। ਲੋਟਰੀ ਨਿਕਲੀ ਹੈ ਜੀ, ਕੀ ਲੱਗਦਾ ਤੁਹਾਡੇ ਜਿਹਨਾਂ ਲੋਕਾਂ? ਮੇਰੇ ਘਰ ਦੇ ਆ ਜੀ। ਕਿੰਨੇ ਰੁਪਏ ਦੀ ਲੋਟਰੀ ਨਿਕਲੀ ਹੈ? ਥੋੜੀ ਨਿਕਲੀ ਹੈ 2.5 ਲੱਖ। 2.5 ਕਰੋੜ ਦੀ? 2.5 ਕਰੋੜ ਦੀ ਜੀ। ਕੀ ਕੰਮ ਕੀ ਕਰਦੇ ਆ ਤੁਹਾਡੇ ਪਤੀ? ਰਸ਼ ਘਾਹ ਚਲਾਉਂਦੇ ਆ, ਸੜਕਾਂ 'ਤੇ ਮਿੱਟੀ ਪਾਉਂਦੇ, ਸੇਵਾ ਹੀ ਕਰਦੇ ਆ। ਦਰੱਖਤਾਂ ਦੀ ਸੇਵਾ ਕਰਦੇ ਆ, ਸੜਕ 'ਤੇ ਜੋ ਟੋਆ ਟਿੱਬਾ ਜਾ ਕੇ ਰੋੜਾ ਵੱਟਾ ਆਉਂਦਾ ਉਹ ਇੱਕ ਬਸ ਕਰਦੇ। 40 ਸਾਲ ਹੋ ਗਏ ਉਹਨਾਂ ਨੂੰ ਸੇਵਾ ਕਰਦੇ ਨੇ। ਰਸ਼ਕਾ ਤਾਂ ਇਦੂ ਪਹਿਲਾਂ ਦੇ ਚਲਾਉਂਦੇ ਆ। ਕਿੰਨੀ ਉਮਰ ਕਿੰਨੀ ਆ? 90 ਸਾਲ ਦੀ ਜੀ। ਕਿੰਨੇ ਬੱਚੇ ਆ ਜੀ? 4 ਆ ਜੀ, 2.5 ਗੁੱਡੀ ਆ। 2.5 ਕਰੋੜ ਦੀ ਅਮਾਊਂਟ ਬਹੁਤ ਵੱਡੀ ਹੁੰਦੀ ਹੈ, ਕੀ ਲੱਗਦਾ ਹੈ ਕੀ ਹੁਣ ਕੀਤਾ ਕਰੋਗੇ ਉਸਦਾ? ਹੁਣ ਕਰਾਂ ਜੀ ਕਿ ਘਰ ਬਾਰ ਪਾਵਾਂਗੇ, ਬੱਚਿਆਂ ਨੂੰ ਘਰ ਪਰ ਦੇਵਾਂਗੇ, ਜਿਹੜੀ ਕੋਈ ਚੀਜ਼ ਖਰੀਦ ਕੇ ਦੇਵਾਂਗੇ ਬੱਚਿਆਂ ਨੂੰ, ਕੋਈ ਭੈਣ ਪੱਠਾ। ਅਰੇ ਸੋਚਿਆ ਸੀਗਾ ਜੀ? ਹਾਂ ਜੀ, ਨਹੀਂ ਜੀ, ਸਾਨੂੰ ਇਹ ਨਹੀਂ ਸੀ ਕਿ ਮਹਾਰਾਜ ਸਾਨੂੰ ਬਣਾ ਲੂਗਾ ਲੱਖਾਂ ਪਤੀ। ਹਾਂਜੀ, ਸਾਨੂੰ ਬਹੁਤ ਬਹੁਤ ਖੁਸ਼ੀ ਆ ਜੀ। ਅਸੀਂ ਸਾਡਾ ਜਗ੍ਹਾ ਥੋੜ੍ਹੀ ਸੀ, ਅਸੀਂ 4 ਭਰਾ ਆ, ਸਾਡੀ ਜਗ੍ਹਾ ਬਹੁਤ ਥੋੜ੍ਹੀ ਸੀ, ਵੀ ਆਹ ਹੀ ਜਗ੍ਹਾ ਜਿਹੜੀ ਜਗ੍ਹਾ 'ਚ ਆਪਾਂ ਖੜ੍ਹੇ ਹਾਂ ਇੱਥੇ 4 ਭਰਾ ਰਹਿੰਦੇ ਆ, ਵੀ ਸਾਡੇ ਸਹੁਰੇ ਨੂੰ ਵੀ ਸੇਵਾ ਨੂੰ ਮੇਵਾ ਲੱਗੀ ਆ, ਵੀ ਅਸੀਂ ਥਾਂ ਲਵਾਂਗੇ, ਕਮਰੇ ਪਾਵਾਂਗੇ, ਵੀ ਆਪਦਾ ਘਰ ਬਾਰ ਵਧੀਆ ਬੱਚਿਆਂ ਨੂੰ ਬਣਾ ਕੇ ਦੇਵਾਂਗੇ। ਲੱਗਿਆ ਸੀ ਕਦੇ ਵੀ 2.5 ਕਰੋੜ ਰੁਪਈਆ ਬਹੁਤ ਵੱਡੀ ਅਮਾਊਂਟ? ਨਹੀਂ ਜੀ, ਕਦੀ ਅਸੀਂ ਸੁਪਨੇ ਵੀ ਨਹੀਂ ਸੀ ਲੈ ਗਏ ਵੀ ਅਸੀਂ ਇੱਥੋਂ ਤੱਕ ਪਹੁੰਚਾਂਗੇ, ਸਾਨੂੰ ਮਹਾਰਾਜ ਇੱਥੋਂ ਤੱਕ ਪਹੁੰਚਾਊਗਾ, ਸਾਡਾ ਸਹੁਰਾ ਸੇਵਾ ਕਰੂਗਾ, ਵੀ ਸਾਨੂੰ ਸਾਡਾ ਸਹੁਰਾ ਇੱਥੋਂ ਤੱਕ ਪਹੁੰਚਾਊਗਾ, ਉਮੀਦ ਨਹੀਂ ਸੀ। ਕੀ ਕੰਮ ਕੀ ਕਰਦੇ ਸੀਗੇ ਜਿਵੇਂ ਰਕਸ਼ਾ ਚਲਾਉਂਦੇ ਨਾਲ ਨਾਲ ਹੋਰ ਵੀ? ਹਾਂਜੀ, ਰਸ਼ਕਾ ਚਲਾਉਂਦੇ ਸੀਗੇ, ਰਸ਼ਕਾ ਚਲਾਉਂਦੇ ਨਾਲ ਸੜਕਾਂ 'ਤੇ ਮਿੱਟੀ ਪਾਉਂਦੇ ਸੀਗੇ, ਵਿੱਚੋਂ ਜਿਹੜੇ ਵੱਟੇ ਬੂਟੇ ਖਿਲਰੇ ਹੁੰਦੇ ਸੀ ਉਹ ਝੋਲੀ 'ਚ ਪਾ ਕੇ ਸਾਈਡ 'ਤੇ ਸੁੱਟ ਕੇ ਆਉਂਦੇ ਸੀਗੇ, ਵੀ ਉੱਖਲੀਆਂ ਵਿਗੇੜੀਆਂ ਹੁੰਦੀਆਂ ਸੀ ਉਹਨਾਂ ਨੂੰ ਵੀ ਪੂਰਦੇ ਸੀ, ਮਿੱਟੀ ਪਾ ਕੇ ਦੂਰੋਂ ਮਿੱਟੀ ਲਿਆਣ ਕੇ ਉਹਨਾਂ ਨੂੰ ਪੂਰਦੇ ਸੀਗੇ। ਪਰ ਵਿੱਚੋਂ ਹਟ ਵੀ ਮੰਗ ਗਿਆ ਸੀਗਾ, ਇਹ ਵੀ ਉੱਦਣ ਦੀ ਦਿੱਲੀ ਦਲੀਲ ਹੀ ਹੋ ਗਈ, ਮੈਂ ਵੀ ਅੱਜ ਵੀ ਪਾ ਕੇ ਵੇਖ ਲਈ। ਚਲੋ ਮਹਾਰਾਜ ਨੇ ਸੋਹਣੀ ਕਿਰਪਾ ਕੀਤੀ, ਜਗ੍ਹਾ ਨੇ ਸ਼ੁਕਰ ਆ। ਕਿਹੜੀ ਲਾਟਰੀ ਪਾਈ ਸੀ, ਕਿੰਨੇ ਦੀ ਪਾਈ ਸੀ? 500 ਆ ਜੀ, ਵਿਸਾਖੀ ਬੰਪਰ। ਹਾਂਜੀ, ਕਹਿੰਦੇ ਰਾਹ 'ਚ ਜਾਂਦੇ ਹੀ ਤੁਸੀਂ ਜਾਂਦੇ ਪਏ ਸੀਗੇ, ਰਾਹ 'ਚ ਹੀ ਰੋਕ ਕੇ ਉਹਨਾਂ ਨੇ ਕਿਹਾ ਵੀ ਲਾਟਰੀ ਪਾ ਲਓ, ਕੁਛ ਇੱਦਾਂ ਦੀ ਗੱਲ? ਉਹ ਇੱਦਾਂ ਦੀ ਗੱਲ ਕੋਈ ਨਹੀਂ, ਅਤੇ ਉਹ ਖੜ੍ਹਾ ਹੀ ਸੀਗਾ ਮਾੜਾ ਜਿਹਾ ਉਹ ਕਿਸੇ ਬੰਦੇ ਕੋਲ, ਪੌੜੀਆਂ ਵਾਲੇ ਕੋਲ, ਅਤੇ ਮੈਂ ਵੀ ਉੱਥੇ ਖੜ੍ਹ ਗਿਆ, ਉਹਨਾਂ ਨੂੰ ਵੇਖਦਾ ਸੀਗਾ ਵੀ ਪਾਉਂਦੇ ਕਿ ਨਹੀਂ, ਅਤੇ ਮੈਂ ਮੁੜ ਕੇ ਆਖਿਆ ਵੀ ਯਾਰ ਉਹ ਕਹਿੰਦੇ ਯਾਰ ਮਹਿੰਗੀਆਂ ਹੀ ਹੈਗੀਆਂ ਅਤੇ ਅਸੀਂ ਨਹੀਂ ਪਾਉਣੀ, ਮੈਂ ਚੱਲ ਯਾਰ ਮੇਰੀ ਇੱਕ ਟਿਕਟ ਕਰਦੇ। ਚਲੋ ਆਹ ਹੀ ਗੱਲ ਹੋਈ ਆ। ਕਿੱਦਾਂ ਕਿੱਦਾਂ ਲੱਗ ਰਿਹਾ ਅੱਜ 2.5 ਕਰੋੜ ਦੀ ਲਾਟਰੀ ਲੱਗ ਗਈ ਤੁਹਾਡੀ? ਕਿੱਦਾਂ ਬਹੁਤ ਸੋਹਣਾ ਹੋ ਗਿਆ ਜੀ ਮਹਾਰਾਜ, ਸ਼ੁਕਰ ਆ। ਕਦੇ ਸੋਚਿਆ ਸੀ ਬਾਪੂ 2.5 ਕਰੋੜ ਦੀ ਲਾਟਰੀ ਲੱਗ ਜੂ? ਨਾ ਜੀ, ਕੋਈ ਅਸੀਂ ਤਾਂ 2000 ਵਾਲੀ ਵੀ ਕਹਿੰਦੀ ਆਈਏ। ਬਾਬੂ ਜੀ, ਐਮ ਐਲ ਏ ਸਾਹਿਬ ਕਹਿੰਦੇ ਕਹਿੰਦੇ ਵੀ ਜਦੋਂ ਵੀ ਦੇਖੋ ਤਾਂ ਮਿਹਨਤ ਕਰਦੇ ਦਿਖੇ ਆ, ਸੁਰਜੀਤ ਸਿੰਘ ਲੋਹਗੜ੍ਹ ਜਿਹੜੇ ਐਮ ਐਲ ਏ ਰਹੇ ਆ, ਉਹ ਕਹਿੰਦੇ ਮਿਹਨਤ ਕਰਦੇ ਦਿਖੇ ਆ, ਜਿਹੜੇ ਟੋਏ ਭਰਦੇ ਦਿਖੇ ਆ, ਕੀ ਕੰਮ ਸੀਗਾ ਕਰਦੇ? ਆਹ ਬਸ ਖੁਸ਼ੀ ਦਾ ਹੀ ਕੰਮ ਸੀ ਜੀ ਮੇਰਾ, ਅਤੇ ਇਹ ਮੈਨੂੰ ਲਗਨ ਬਹੁਤ ਚੜ੍ਹਦੀ ਲੱਗੀ ਸੀ, ਕੋਈ 40 ਕੁ ਸਾਲ ਦੇ ਨੇੜੇ ਹੋ ਗਿਆ, ਲਗਨ ਲੱਗੀ ਸੀ ਮੈਨੂੰ, ਮੈਂ ਜਾਂਦਾ ਨਾ ਜੀ ਅੱਜ ਅਨੰਦਪੁਰ ਉੱਠ ਗਿਆ, ਕਿਤੇ ਕਿਤੇ ਤੀਰਥਾਂ 'ਤੇ ਉੱਠ ਗਿਆ, ਅਤੇ ਇਹ ਫਿਰ ਮੈਨੂੰ ਲਗਨ ਲੱਗ ਗਈ, ਹੋਰ ਮੈਨੂੰ ਨਸ਼ਾ ਕੋਈ ਨਹੀਂ ਸੀਗਾ, ਮੈਨੂੰ ਇਹ ਮਿਹਨਤ ਦਾ ਹੀ ਫਲ ਮਿਲ ਗਿਆ। ਦਰੱਖਤਾਂ ਦੀ ਸੇਵਾ ਕਰਨੀ, ਬੱਚਿਆਂ ਨੂੰ ਉਹਨਾਂ ਨੂੰ ਗਮਲਾ ਬਣਾਉਣਾ, ਉਹਨਾਂ ਨੂੰ ਪਾਣੀ ਪਾਉਣਾ, ਛੋਟਿਆਂ ਦਰੱਖਤਾਂ ਨੂੰ ਜਿੱਥੇ ਮੈਂ ਜੀ ਕਰਨਾ, ਲਾਂਭ ਵੀ ਪਿੰਡ ਵੀ, ਅਤੇ ਜਾਣੀ ਜਿੱਥੇ ਜੀ ਕੀਤਾ ਉੱਥੇ ਹੀ ਖੋਈ ਭਰਨੀ, ਜਾਣੀ ਰਾਹ ਦੇ ਵਿੱਚ ਸੜਕ ਦੀ ਕੋਰ ਠੀਕ ਕਰ ਦੇਣੀ ਵੀ ਜਿੱਥੇ ਕੋਈ ਡਿੱਗੇ ਨਾ, ਕੋਈ ਆਹੀ ਸੀ ਕੰਮ। ਗੁਰਦੇਵ ਸਿੰਘ ਸਨ ਆਫ ਵਿਸਾਖਾ ਸਿੰਘ, ਜਿਹਨੂੰ ਕਿ ਅਸੀਂ ਦੇਵੀ ਕਹਿੰਦੇ ਹਾਂ, ਬਹੁਤ ਹੀ ਇੱਕ ਮਿਹਨਤੀ ਇਨਸਾਨ ਆ, ਅਤੇ ਬਹੁਤ ਹੀ ਵਧੀਆ, ਉਹ ਕਾਫੀ ਟਾਈਮ ਤੋਂ ਰਕਸ਼ੇ ਦਾ ਕੰਮ ਕਰਦਾ ਹੈਗਾ, ਲੋਹਗੜ੍ਹ ਤੋਂ ਸਵਾਰੀ ਲੈ ਕੇ ਧਰਮਗੜ ਜਾਣਾ, ਧਰਮਗੜ੍ਹ ਤੋਂ ਲੋਹਗੜ੍ਹ ਲਿਆਉਣਾ, ਹੋਰ ਵੀ ਕੋਈ ਜਿਹੜਾ ਸਮਾਨ ਸੱਪਾ ਲੈ ਆਉਂਦਾ ਸੀ, ਹਰ ਇੱਕ ਘਰ ਦੇ ਨਾਲ ਉਸ ਬੰਦੇ ਦਾ ਇਨਸਾਨ ਦਾ ਪਿਆਰ ਹੈਗਾ। ਉਹ ਕਾਫੀ ਲੰਮੇ ਟਾਈਮ ਤੋਂ, ਕੁਛ ਟਾਈਮ ਪਹਿਲਾਂ ਜਿਹੜੀ ਸੜਕ ਸਾਡੀ ਖਰਾਬ ਵੀ ਹੁੰਦੀ ਸੀ, ਹੁਣ ਤਾਂ ਸੜਕ 18 ਫੁੱਟੀ ਜਿਹੜੀ ਆ ਉਹ ਚੌੜੀ ਬਣ ਗਈ ਆ, ਪਰ ਉਸ ਟਾਈਮ ਦੇ ਉੱਤੇ ਵੀ ਉਸ ਬੰਦੇ ਨੇ ਚੋਈ ਟੋਆ ਪਿਆ ਹੋਣਾ ਅਤੇ ਪਾਸੇ ਰੋੜੇ ਪਏ ਹੋਣੇ, ਝੋਲੀ 'ਚ ਪਾ ਕੇ ਰੋੜੇ ਪਾ ਕੇ ਉਹ ਟੋਏ ਦੇ ਵਿੱਚ ਪਾ ਦੇਣੇ, ਅਤੇ ਉੱਤੇ ਮਿੱਠੀ ਪਾ ਦੇਣੀ, ਕਸੀਆ ਉਹਦਾ ਰਕਸ਼ੇ ਦੇ ਮਗਰ ਟੰਗਿਆ ਹੁੰਦਾ ਸੀ,
हूँ भी वह रक्षा दे मगर जोड़ा है कल भी जो मैं घर गया रक्षा दे मगर कसिया नाल ही होंगे तो रक्षा लैके धर्मकोट गया सी।